ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗ੍ਰਾਮ ਵਿਕਾਸ ਸਭਾ ਬੜਾ ਪਿੰਡ ਵੱਲੋਂ ਸਿਵਲ ਹਸਪਤਾਲ ਬੜਾ ਪਿੰਡ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਰਿਬਨ ਕੱਟ ਕੇ ਕੀਤਾ। ਕੈਂਪ ਦੌਰਾਨ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਲੰਧਰ ਤੋਂ ਆਏ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਹੱਡੀਆਂ, ECG, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਚੈੱਕਅਪ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਗ੍ਰਾਮ ਵਿਕਾਸ ਸਭਾ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਸਰਪੰਚ ਜੀਵਨ ਕੁਮਾਰ ਨੇ ਕੈਂਪ ਵਿੱਚ ਸਹਿਯੋਗ ਕਰਨ ਵਾਲੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵੀਰ ਸਿੰਘ, ਰੁਟਕਾ ਖੁਰਦ ਚੂੜ ਸਿੰਘ, ਜੀਵਨ ਕੁਮਾਰ ਸਾਬਕਾ ਸਰਪੰਚ, ਬਾਂਕਾ ਰਾਮ ਚੇਅਰਮੈਨ, ਰਾਮ ਕੁਪਾਲ ਪ੍ਰਭਾਕਰ ਸਕੱਤਰ, ਮੱਖਣ ਸਿੰਘ ਖਜਾਨਚੀ, ਸ਼ਿਵ ਕੁਮਾਰ ਤੁਗਨੈਤ, ਚਰਨਜੀਤ ਧੁਲੇਤਾ, ਰਾਮ ਪ੍ਰਕਾਸ਼, ਦਵਿੰਦਰ ਸੂਦ, ਵਿਜੇ ਕੁਮਾਰ, ਅਵਿਨਾਸ਼ ਸ਼ਰਮਾ, ਸੰਦੀਪ ਸਿੰਘ ਗਿੱਲ, ਕੇਵਲ ਸਿੰਘ ਪਟਵਾਰੀ, ਅਸ਼ਵਨੀ ਗੌਤਮ, ਸ਼ਿੰਗਾਰਾ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ। ਬੜਾ ਪਿੰਡ ਵਿਖੇ ਅੱਜ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਵਿਕਾਸ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਉਹ ਫ੍ਰੀ ਮੈਡੀਕਲ ਕੈਂਪ ਨੂੰ ਲਗਾਇਆ ਗਿਆ। ਇਹਦੇ ਵਿੱਚ ਜਿਹੜੀਆਂ ਕੁਛ ਬਿਮਾਰੀਆਂ ਜਦੋਂ ਉਹ ਇੰਨੀਆਂ ਅੱਗੇ ਵੱਧ ਜਾਂਦੀਆਂ ਕਿ ਉਦੋਂ ਬਾਅਦ ਬਚਾਅ ਦਾ ਕੋਈ ਜਿਹੜਾ ਹੈਗਾ ਕੋਈ ਨਹੀਂ ਮਤਲਬ ਸਟੇਜ ਹੁੰਦੀ, ਅਤੇ ਉਹਦੇ ਤੋਂ ਪਹਿਲਾਂ ਹੀ ਜਿਹੜਾ ਉਹ ਕੈਂਪ ਲਗਾਇਆ ਗਿਆ ਤਾਂ ਕਿ ਉਹਨਾਂ ਦਾ ਪਹਿਲਾਂ ਪਤਾ ਲੱਗ ਸਕੇ ਅਤੇ ਉਹਦੀ ਰੋਕਥਾਮ ਹੋ ਸਕੇ, ਤਾਂ ਕਿ ਕੋਈ ਵੀ ਇਨਸਾਨ ਜਿਹੜਾ ਉਹ ਲੋੜ ਤੋਂ ਪਹਿਲਾਂ ਦੁਨੀਆ ਤੋਂ ਨਾ ਜਾ ਸਕੇ। ਉਹਦੇ ਲਈ ਇੱਕ ਕਮੇਟੀ ਨੇ ਅੱਜ ਇੱਥੇ ਇਹ ਫ੍ਰੀ ਮੈਡੀਕਲ ਕੈਂਪ ਲਵਾਇਆ। ਅਰਦਾਸ ਨੂੰ ਵੀ ਆਉਣ ਦਾ ਮੌਕਾ ਮਿਲਿਆ ਅਤੇ ਮੈਂ ਤਾਂ ਇਹੀ ਅੱਜ ਦੇ ਮੌਕੇ 'ਤੇ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹ ਸੰਗਤਾਂ ਉਹ ਲੋਕ ਜਿਹੜੇ ਮੂਹਰੇ ਹੋ ਕੇ ਇੱਦਾਂ ਦੇ ਉਪਰਾਲੇ ਕਰਦੇ ਆ ਉਹਨਾਂ ਨੂੰ ਹੋਰ ਵੀ ਗੁਰੂ ਮਹਾਰਾਜ ਜਿਹੜਾ ਉਹ ਬਲ ਬਖਸ਼ਣ, ਤਾਂ ਕਿ ਆਉਣ ਵਾਲੇ ਟਾਈਮ ਵਿੱਚ ਵੱਧ ਚੜ੍ਹ ਕੇ ਉਹ ਇੱਦਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਵਿਚਰ ਕੇ ਕੋਈ ਵੀ ਜੀਵ ਜਿਹੜਾ ਦੁਨੀਆ ਤੋਂ ਪਹਿਲਾਂ ਨਾ ਜਾ ਸਕੇ ਉਹਦੇ ਲਈ ਜਿਹੜਾ ਉਪਰਾਲਾ ਕਰਨ ਅਤੇ ਉਹਦਾ ਬਚਾਅ ਹੋ ਸਕੇ। ਅਤੇ ਅੱਜ ਇੱਥੇ ਆਏ ਹਾਂ ਸਮੁੱਚੇ ਸਾਰੇ ਜਿਹੜੇ ਕਮੇਟੀ ਦੇ ਮੈਂਬਰ ਸਾਹਿਬਾਨ ਵੀ, ਪਿੰਡ ਦੇ ਵੀ ਸਾਰੇ ਪਤਵੰਤ ਸੱਜਣ ਇੱਥੇ ਇਕੱਠੇ ਹੋਏ ਆ, ਔਰ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ। ਅੱਜ ਗ੍ਰਾਮ ਵਿਕਾਸ ਸਭਾ ਵੱਲੋਂ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਕੈਂਪ ਲਾਉਂਦੇ ਰਹੇ ਹਾਂ, ਅੱਜ ਵੀ ਇਲਾਕੇ ਵਾਸਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਅਸੀਂ ਕੈਂਪ ਲਾਇਆ ਉਹਨਾਂ ਦੀ ਯਾਦ ਦੇ ਵਿੱਚ। ਇਹ ਕੈਂਪ ਜਿਹੜਾ ਹੈ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਲੰਧਰ ਦੇ ਡਾਕਟਰਾਂ ਦੀ ਦੇਖ ਰੇਖ ਹੇਠ ਲਗਾਇਆ ਗਿਆ ਹੈ। ਇਹਦੇ ਵਿੱਚ ਅਸੀਂ ਸਪੈਸ਼ਲਿਸਟ ਡਾਕਟਰ ਜਿਹੜੇ ਆ ਉਹਨਾਂ ਦੇ ਉਹ ਇੱਥੇ ਬੁਲਾਏ ਗਏ ਹਨ ਅਤੇ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਹੈ ਉਹ ਚੈੱਕਅਪ ਵੀ ਕੀਤਾ ਜਾਏਗਾ ਅਤੇ ਸਾਡੇ ਵੱਲੋਂ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਸੋ ਮੈਂ ਸਾਰੇ ਨਗਰ ਵਾਸੀਆਂ ਨੂੰ ਇਸ ਗੱਲ ਲਈ ਵਧਾਈ ਦਿੰਦਾ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦੇ ਰਹੇ ਆ, ਔਰ ਮੈਂ ਆਸ ਰੱਖਦਾ ਹਾਂ ਕਿ ਬਹੁਤ ਸਾਰੇ ਗਿਣਤੀ ਦੇ ਵਿੱਚ ਜਿਹੜੇ ਵੀ ਮਰੀਜ਼ ਹਨ ਉਹ ਆ ਕੇ ਆਪਣਾ ਚੈੱਕਅਪ ਕਰਾਉਣਗੇ ਅਤੇ ਆਪਣਾ ਲਾਹਾ ਲੈਣਗੇ। ਇੰਨਾ ਕੁਛ ਕਹਿੰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਾ।